ਆ ਲਓ ਜੀ, ਆਪਾਂ ਢੇਰੀ ਹਿਲਾ ਕੇ ਅੱਜ ਬੰਦ ਕਰਤੀ, ਚੈੱਕ ਕਰਾਇਆ ਸੀਗਾ ਅੱਜ, ਕੱਲ੍ਹ ਲਾਇਆ ਆਪਾਂ ਅਤੇ ਅੱਜ ਮਸ਼ੀਨ ਨੇ ਚੈੱਕ ਕਰਾਇਆ ਸੀ, 18.2 ਮੋਇਸਚਰ ਆ ਰਿਹਾ, ਅਤੇ ਇੱਧਰ ਦੇਖੋ ਮੰਡੀ ਭਰੀ ਪਈ ਹੈ। ਮੰਡੀ ਬੁਰਜ ਡੱਲਾ ਆਹ ਆਪਣੀ ਢੇਰੀ ਪਈ ਹੈ, ਇਹ ਆਪਾਂ ਕੇਰਾਂ ਖੋਲ੍ਹ ਕੇ, ਹੁਣ ਫਿਰ ਸ਼ਾਮ ਹੋ ਚੁੱਕੀ ਆ, ਸੂਰਜ ਢਾਲਣ ਵਾਲਾ, ਆਪਾਂ ਫਿਰ ਬੰਦ ਕਰਤੀ, ਬੋਕਰ ਬੁਕਰ ਮਾਰ ਕੇ ਬੱਤ ਕਰਤੀ ਚਾਰੇ ਪਾਸੇ, ਹੁਣ ਸਵੇਰੇ ਆ ਕੇ ਫਿਰ ਖੋਲ੍ਹ ਦਾਂਗੇ ਜਦੋਂ ਧੁੱਪ ਪਊਗੀ। ਦੇਖੋ 18.2 ਮੋਇਸਚਰ ਦੱਸ ਰਿਹਾ, ਹੁਣ ਕੱਲ੍ਹ ਨੂੰ ਵੀ ਜੇ ਪਰਸੋਂ ਬੋਲੀ ਆਈ ਫਿਰ ਆਪਾਂ ਫਿਰ ਦੁਬਾਰਾ, ਹਜੇ ਝਾਰ ਲੱਗਿਆ ਨਹੀਂ ਗਾ, ਝਾਰ ਲੱਗਣਾ ਗਾ, ਫਿਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੱਸਾਂਗੇ, ਕਿਉਂਕਿ ਮਸ਼ੀਨ 'ਚ ਬਾਹਲੀ ਕਾਹਲੀ ਕਰ ਲਿਆ, ਸਾਰੀ ਮੰਡੀ 'ਚ ਜਾਣਾ ਹੁੰਦਾ, ਨਾਲ ਨਾ ਪਾ ਕੇ ਦੱਸ ਕੇ ਡੋਲ ਕੇ, ਨਾਲ ਦਾ ਫੋਟੋ ਖਿੱਚਣ ਦਾ ਮੌਕਾ ਨਹੀਂ ਦਿੰਦੇ, ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਜਦੋਂ ਚੈੱਕ ਹੁੰਦਾ। ਆਹ ਆਪਣੇ ਪਿੰਡ ਦੇ ਇੱਕ ਹੋਰ ਵੀਰ ਦਾ ਗਾ, ਇਹ ਅੱਜ ਲੱਗ ਗਿਆ ਇਹਦਾ 17.2 ਮੋਇਸਚਰ ਆਇਆ ਗਾ, ਇੱਕ ਜਗ੍ਹਾ 16 ਹੀ ਰਹਿ ਗਿਆ ਸੀਗਾ। ਇਹ ਵੀ ਖਲਿਆਰੀ ਵੀ ਆ, ਬਹੁਤ ਟਾਈਮ ਦਾ ਮਿਹਨਤ ਕਰੀ ਜਾਂਦਾ ਬਾਈ, ਅਤੇ ਇਹਦੀ ਵੀ ਆ ਚੁੱਕੀ ਆ ਬੋਲੀ, ਇਹਦਾ ਝਾਰ ਲੱਗਿਆ ਵਾ, ਇਹਦਾ ਤੁਲ ਜਾਣਾ ਬਸ। ਆਹ ਦੇਖੋ ਜੀ ਮੰਡੀ ਬੁਰਜ ਡੱਲਾ ਦਾ ਮਾਹੌਲ, ਇੱਧਰ ਹਜੇ ਟਰਾਲੀਆਂ ਆਈ ਜਾਂਦੀਆਂ, ਗੁਰਮੀਤ ਸਿੰਘ ਉੱਧਰ ਵੱਢੀ ਜਾਂਦਾ ਅਤੇ ਇੱਧਰ ਸਿੱਟੀ ਜਾਂਦਾ, ਹੋਰ ਢੇਰੀ ਇੱਕ ਠਾਣਾ ਸਿੰਘ ਤਾਇਆ ਜੀ ਦੀ, ਉਹ ਵੀ ਮੋਇਸਚਰ ਅੱਜ ਮਸ਼ੀਨ 'ਚ ਆਇਆ ਨੀਗਾ, ਥੋੜ੍ਹਾ ਜਿਹਾ ਰੇਂਜੋ ਬਾਹਰ ਹੋ ਗਿਆ, ਅਤੇ ਸਾਰਿਆਂ ਦੀ ਇੱਧਰਲੇ ਸਾਰੇ ਇਲਾਕੇ ਨਾਲ ਮੈਂ ਮੋਇਸਚਰ ਦੀ ਰੀਡਿੰਗ ਕਰਾਈ ਹੈ, ਵੀ ਲਗਭਗ ਇੱਕ ਆਹ ਢੇਰੀ ਆਈ ਵੀ ਆ ਇਹ ਜੁੱਕ ਜਾਣੀ ਆ, ਇੱਕ ਹੋ ਆਈ ਵੀ ਆ ਉਹ ਜੁੱਕ ਜਾਣੀ ਆ, ਇੱਕ ਹੋ ਉਹ ਥੋੜ੍ਹੀ ਜਿਹੀ ਮੋਇਸਚਰ 'ਚ ਘੱਟ ਸੀਗੀ, ਉਹਦਾ ਹੁਣ ਪਤਾ ਨਹੀਂ ਵੀ ਜੋਕਣਗੇ ਕਿ ਨਹੀਂ ਇਹ। ਆਹ ਦੇਖੋ ਆਹ ਮੋਇਸਚਰ ਇਹਦਾ ਆ ਰਿਹਾ ਸੀਗਾ 23, ਉੱਥੋਂ ਪੱਟਿਆ ਸੀਗਾ ਇਹਦਾ 23 ਆ ਰਿਹਾ ਸੀਗਾ, ਦੇਖੋ ਜੀ। ਆਹ ਦੇਖੋ ਬੋਕਰ ਮਾਰ ਕੇ ਧਰ ਗਿਆ ਮੈਂ।